ਗੱਲ ਬੋਦਲਾਂ ਨੂੰ ਸੀ ਸੁਣਾਉਣ ਲੱਗਾ, ਮੈਨੂੰ ਕਿਲੇ ਦਾ ਹੈ ਸਰਦਾਰ ਕਹਿੰਦੇ, ਆਪਣਾ ਤਾਰਫ ਉਹਨਾਂ ਨੂੰ ਕਰਵਾਉਣ ਲੱਗਾ। ਕਹਿੰਦਾ ਆਉਣਾ ਨੀ ਕਿਲੇ ਦੇ ਵੱਲ ਤੁਸੀਂ, ਗੱਲ ਬੋਦਲਾਂ ਨੂੰ ਸਮਝਾਉਣ ਲੱਗਾ। ਬੋਦਲਾ ਰਾਜੇ ਨੂੰ ਕਹਿਣ ਲੱਗੇ, ਹਜ਼ੂਰ ਜਦੋਂ ਰਾਜੇ ਦੀ ਗੱਲ ਸੁਣੀ ਤੇ ਕਹਿਣ ਕੀ ਲੱਗੇ, ਸੁਣ ਕੇ ਬੋਦਲਾ ਰਾਜੇ ਨੂੰ ਕਹਿਣ ਲੱਗੇ, ਅੱਜ ਤੈਨੂੰ ਮੈਂ ਆਪਣਾ ਪੀਰ ਦੱਸਾਂ, ਮੇਰਾ ਮੁਰਸ਼ਦ ਸਖੀ ਸ਼ਾਹਬਾਜ਼ ਸੋਹਣਾ, ਕਿੱਥੋਂ ਤੱਕ ਉਹਨਾਂ ਦੀ ਜਾਗੀਰ ਦੱਸਾਂ, ਮੈਨੂੰ ਲੱਗਦਾ ਏ ਤੇਰੀਆਂ ਹਰਕਤਾਂ ਤੋਂ ਚੰਗੀ ਹੋਣੀ ਨੀ ਤੇਰੀ ਅਖੀਰ ਦੱਸਾਂ, ਸੁਣ ਕੇ ਰਾਜਾ ਤਕੱਬਰ ਦੇ ਵਿੱਚ ਆਇਆ, ਕਹਿੰਦਾ ਸੁਣ ਲੈ ਅੱਜ ਤੂੰ ਗੱਲ ਮੇਰੀ, ਜਿਹੜੇ ਕੰਮ ਲਈ ਇੱਥੇ ਤੂੰ ਰੋਜ਼ ਆਵੇਂ, ਮੈਂ ਤੇ ਜਾਣਨਾ ਵਾ ਹੈ ਉਹ ਗੱਲ ਕਿਹੜੀ। ਸੁਣ ਕੇ ਬੋਦਲਾ ਰਾਜੇ ਨੂੰ ਕਹਿਣ ਲੱਗੇ, ਬੁਰੀ ਗੱਲ ਤੇ ਬੁਰੀ ਏ ਸੋਚ ਤੇਰੀ, ਮੁੜ ਕੇ ਆਏ ਨੇ ਬੋਦਲਾ ਲਾਲਣ ਦੇ ਵੱਲ। ਹਜ਼ੂਰ ਜਦੋਂ ਕਲੰਦਰ ਸ਼ਹਿਨਸ਼ਾਹ ਵੱਲ ਆਏ ਨੇ ਤੇ ਆ ਕੇ ਕੀ ਆਖਿਆ, ਮੁੜ ਕੇ ਆਏ ਨੇ ਬੋਦਲਾ ਲਾਲਣ ਦੇ ਵੱਲ, ਆ ਕੇ ਅਦਬ ਨਾਲ ਸਿਰ ਨੂੰ ਝੁਕਾ ਦਿੱਤਾ, ਜਿਹੜਾ ਵਾਕਿਆ ਬੋਦਲਾ ਨਾਲ ਹੋਇਆ ਸਖੀ ਲਾਲਣ ਨੂੰ ਸਾਰਾ ਸੁਣਾ ਦਿੱਤਾ। ਉਹਨਾਂ ਫੇਰ ਨਹੀਂ ਤੁਸਾਂ ਕਿਲੇ ਦੇ ਵੱਲ, ਉਸ ਰਾਜੇ ਨੇ ਸਾਨੂੰ ਹਟਾ ਦਿੱਤਾ, ਆਏ ਬੋਦਲਾ ਜਦੋਂ ਬਾਜ਼ਾਰ ਅੰਦਰ, ਆ ਕੇ ਲਾਲਣ ਦਾ ਨਾਰਾ ਬੁਲੰਦ ਕੀਤਾ, ਉਸ ਜਾਬਰ ਕਸਾਈ ਨੇ ਮੰਗਣ ਵਾਲਾ ਸੋਹਣੇ ਬੋਦਲਾ ਨਾਲ ਤੰਗ ਕੀਤਾ, ਜ਼ਾਲਮ ਕਸਾਈ ਨੇ ਬੰਦ ਕੀਤਾ, ਛੁਰੀ ਤੇਜ਼ ਕਰਕੇ ਸੋਹਣੇ ਬੋਦਲਾਂ ਨੂੰ, ਉਸ ਜਾਬਰ ਨੂੰ ਵੇਖੋ ਵਖਾ ਦਿੱਤੀ, ਅੱਖਾਂ ਬੰਦ ਕਰੋ ਇੱਕ ਗੱਲ ਦੱਸਾਂ, ਗੱਲ ਕਹਿੰਦੇ ਨੇ ਗੱਲ ਮੁਕਾ ਦਿੱਤੀ, ਉਸ
ਜ਼ਾਲਮ ਨੇ ਛੁਰੀ ਚਲਾ ਦਿੱਤੀ, ਲੈ ਕੇ ਗੋਸ਼ਤ ਤੇ ਬੋਦਲਾ ਪੀਰ ਵਾਲਾ, ਉਸ ਜ਼ਾਲਮ ਕਸਾਈ ਨੇ ਵੇਚ ਦਿੱਤਾ। ਦੇਖੋ ਜ਼ਾਰਾ ਨਾ ਉਹਨੂੰ ਖਿਆਲ ਆਇਆ, ਕਿੱਡਾ ਵੱਡਾ ਇਹ ਜ਼ਾਲਮ ਨੇ ਕੰਮ ਕੀਤਾ। ਖਬਰੇ ਕਿੰਨਾ ਉਹਦੇ ਤੋਂ ਇਨਾਮ ਲਿੱਤਾ, ਜਦ ਸ਼ਾਮ ਪਈ ਲਾਲਣ ਸਾਈ ਮੇਰੇ, ਸੋਹਣੇ ਬੋਦਲਾਂ ਨੂੰ ਸੀ ਬੁਲਾਉਣ ਲੱਗੇ, ਉਧਰ ਗੋਸ਼ਤ ਬੋਦਲਾ ਪੀਰ ਵਾਲਾ, ਲੋਕੀ ਹਾਂਡੀਆਂ ਵਿੱਚ ਪਕਾਉਣ ਲੱਗੇ। ਜਿੱਥੇ ਵੀ ਇਹ ਸੁਣ ਲਾ ਗੱਲ ਮੇਰੀ, ਹੁਕਮ ਅੱਲਾ ਦੇ ਲਾਲਣ ਸੁਣਾਉਣ ਲੱਗੇ, ਪਹਾੜੀ ਤੇ ਲਾਲਣ ਸਾਈ ਮੇਰੇ, ਆਪਣੇ ਬੋਦਲਾਂ ਨੂੰ ਸੀ ਸਦਾ ਦਿੱਤੀ। ਉਡੀਆਂ ਬੋਟੀਆਂ ਹਾਂਡੀਆਂ ਵਿੱਚੋਂ ਦੇਖੋ, ਐਸੀ ਅੱਲਾ ਨੇ ਹਵਾ ਚਲਾ ਦਿੱਤੀ। ਫੜ ਬੋਟੀਆਂ ਤੋਂ ਜ਼ਿੰਦਾ ਕਰਨ ਵਾਲੀ, ਸਖੀ ਲਾਲ ਨੂੰ ਅਲੀ ਅਤਾ ਦਿੱਤੀ। ਉਠ ਬੋਦਲਾ ਜਦੋਂ ਧਮਾਲ ਪਾਈ, ਸਾਰੇ ਲਾਲ ਕਲੰਦਰ ਨੂੰ ਕਹਿਣ ਲੱਗੇ, ਸਾਨੂੰ ਆਪਣਾ ਤੁਸਾਂ ਮੁਰੀਦ ਕਰੋ। ਸੇਵਣ ਵਿੱਚ ਇਹ ਰੋਲੇ ਸੀ ਪੈਣ ਲੱਗੇ, ਨਾਰੇ ਮਾਰ ਕੇ ਜਾਫਰੀ ਅਲੀ ਵਾਲੇ, ਨਾਮ ਲਾਲ ਕਲੰਦਰ ਦਾ ਲੈਣ ਲੱਗੇ। ਬੋਦਲਾ ਦੇ ਜ਼ਿੰਦਾ ਹੋਣ ਵਾਲੀ ਖਬਰ ਰਾਜੇ ਤਾਈਂ ਜੱਜ ਪਹੁੰਚੀ, ਦੇਖੋ ਕਹਿੰਦਾ ਮਾਰ ਕੇ ਗੋਸ਼ਤੀ ਵੇਚ ਦਿੱਤਾ। ਜ਼ਿੰਦਾ ਹੋਇਆ ਕਿਵੇਂ ਗੱਲ ਸੋਚੀ ਵੇਖੋ, ਮਲੰਗ ਨੂੰ ਭੇਜਿਆ ਲਾਲਣ ਸਾਈ, ਕਹਿੰਦਾ ਜਾ ਕੇ ਮੇਰਾ ਇਹ ਪੈਗਾਮ ਸੁਣਾ। ਉਸ ਰਾਜੇ ਨੂੰ ਕੋ ਸੱਦੇ ਪੀਰ ਮੇਰਾ, ਮੇਰੀ ਗੱਲ ਸਾਰੀ ਉਹਨੂੰ ਜਾ ਕੇ ਦਿਸਾ। ਉਸ ਰਾਜੇ ਨੇ ਤੋਬਾ ਕੀ ਆਖ ਦਿੱਤਾ, ਕਹਿੰਦਾ ਉਹਨਾਂ ਨੂੰ ਇੱਥੇ ਬੁਲਾ ਕੇ ਲਿਆ।
ਕੇ ਲਾਲਣ ਕਲੰਦਰ ਨੂੰ ਵਜਦ ਆਇਆ, ਵਿੱਚ ਵਜਦ ਕੀ ਹੈ ਦਿਖਾ ਦਿੱਤਾ। ਜਿਹੜੇ ਕਿਲੇ ਦਾ ਰਾਜਾ ਸੀਮਾਨ ਕਰਦਾ, ਇੱਕ ਝਟਕੇ ਨਾ ਉਹਨੂੰ ਹਲਾ ਦਿੱਤਾ। ਜਿਵੇਂ ਪੁੱਟੇ ਆਏ ਅਲੀ ਖੈਬਰ ਦਾ ਦਰ, ਇੰਜ ਲਾਲਣ ਨੇ ਕਿਲਾ ਬਿਠਾ ਦਿੱਤਾ। ਕਰ ਪੁੱਠਾ ਕਿਲਾ ਸਖੀ ਲਾਲਣ ਸਾਈਂ, ਉਸ ਰਾਜੇ ਦੀ ਹੱਤੀ ਮਿਟਾ ਦਿੱਤੀ। ਜਿਹੜੀ ਗੱਲ ਤੇ ਰਾਜਾ ਸੀਮਾਨ ਕਰਦਾ, ਸਖੀ ਲਾਲ ਨੇ ਗੱਲ ਮੁਕਾ ਦਿੱਤੀ। ਹੁੰਦਾ ਅਲੀ ਅਲੀ ਉੱਥੇ ਹਰ ਵੇਲੇ, ਐਸੀ ਲਾਲਣ ਨੇ ਨਗਰੀ ਵਸਾ ਦਿੱਤੀ। ਹਰ ਘਰ ਚ ਮੌਲਾ ਅਬਾਸ ਵਾਲਾ, ਸਖੀ ਲਾਲਣ ਨੇ ਅਲਮ ਲਵਾ ਦਿੱਤਾ। ਇਸ ਬੰਜਰ ਧਰਤੀ ਸਿੰਧ ਦੀ ਨੂੰ ਦੇਖੋ ਕਿਵੇਂ ਕਲੰਦਰ ਵਸਾ ਦਿੱਤਾ। ਅਲੀ ਅਲੀ ਲਾਲਣ ਕਰਵਾ, ਅਲੀ ਅਲੀ ਲਾਲਣ ਕਰਵਾ, ਅਲੀ ਅਲੀ ਲਾਲਣ ਕਰਵਾ, ਅਲੀ ਅਲੀ।